ਹੈਲੋ ਹੈਲੋ, ਹਾਂਜੀ, ਕੀ ਹਾਲ ਹੈ ਸਾਰਿਆਂ ਦੇ? ਗੁੱਡ ਮੋਰਨਿੰਗ। ਅਤੇ ਅੱਜ ਦਾ ਵਲੋਗ ਸਟਾਰਟ ਕਰਨ ਲੱਗੇ ਹਾਂ, ਛੋਟੇ ਜਿਹੇ ਟੂਰ 'ਤੇ ਚੱਲੇ ਹਾਂ। ਹਿਮਾਚਲ ਮੈਨੂੰ ਯਾਦ ਕਰ ਰਿਹਾ ਬਹੁਤ ਜ਼ਿਆਦਾ, ਹਿਮਾਚਲ ਟੂਰ 'ਤੇ ਚੱਲੇ ਹਾਂ। ਵੈਸੇ ਤਾਂ ਆਪਣੇ ਇੱਧਰ ਹੀ ਠੰਡ ਬੜੀ ਹੋਈ ਪਈ ਹੈ, ਹਿਮਾਚਲ 'ਚ ਤਾਂ ਇਹਦੇ ਨਾਲੋਂ ਦੁੱਗਣੀ ਠੰਡ ਹੋਈ ਪਈ ਹੋਣੀ ਹੈ। ਅਤੇ ਦੇਖਦੇ ਹਾਂ ਅੱਜ ਉੱਧਰ ਕੀ ਸੀਨ ਬਣੂਗਾ। ਅਤੇ ਮੇਰਾ ਮੈਨੂੰ ਸੀ ਔਫ ਕਰਨ ਲਈ ਮੇਰਾ ਭਾਈ ਵੀ ਆ ਰਿਹਾ ਅੱਜ, ਰਿਸ਼ਵ। ਤੁਸੀਂ ਮਿਲੇ ਹੀ ਹੋ ਵੀਰੇ ਨੂੰ ਪਿਛਲੇ ਸਾਰੇ ਵਲੋਗਸ ਦੇ ਵਿੱਚ। ਅਤੇ ਮੇਰਾ ਭਾਈ ਕਹਿੰਦਾ ਮੈਂ ਐਂ ਜਾਣ ਨਹੀਂ ਦੇਣਾ, ਮਿਲ ਕੇ ਭੇਜੂੰਗਾ ਮੈਂ। ਅਤੇ ਕਰੀਏ ਫਿਰ ਤਿਆਰੀਆਂ, ਪੈਕਿੰਗਾਂ ਪੁਕਿੰਗਾਂ ਖਿੱਚ ਲਈਏ, ਹੈ ਨਾ, ਫਿਰ ਨਿਕਲਦੇ ਹਾਂ। ਦਿਖਾਉਂਦੇ ਹਾਂ ਤੁਹਾਨੂੰ ਸਾਰਾ ਵਿਊ ਹਿਮਾਚਲ ਦਾ ਕਿੱਦਾਂ ਲੱਗਦਾ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਿਆ ਵਲੋਗ। ਅਤੇ ਆ ਜਾਓ, ਕੰਟੀਨਿਊ ਕਰੀਏ ਫਿਰ ਵਲੋਗ ਦੇ ਨਾਲ। ਚੱਲੇ ਫਿਰ ਤੁਸੀਂ? ਜਾਣਾ ਪੈਣਾ ਭਰਾਵਾ, ਮੁਝੇ ਛੋੜ ਕਰ। ਕੋਈ ਨੀ ਕੋਈ ਨੀ, ਤੁਸੀਂ ਨਾ ਜਾਓ ਬਾਈ, ਘੁੰਮਣ ਹੀ ਚੱਲਿਆ ਮੈਂ, ਕਿਤੇ ਉਹ ਨੀ ਚੱਲਿਆ। ਘੁੰਮਣ ਚੱਲੇ ਹੋ? ਯੈਸ। ਮੇਰੇ ਤੋਂ ਬਿਨਾ ਕੀ ਕਰੀ ਹੋਣਾ? ਇਕੱਲੇ ਹੋਣ ਜਾਓ। ਤਾਂ ਬੜਾ ਟਾਈਮ ਲੱਗ ਰਿਹਾ। ਅਤੇ ਵੈਸੇ ਤਾਂ ਫਾਸਟੈਗ ਕੰਪਲਸਰੀ ਹੋ ਗਿਆ, ਕਿਹਾ ਗਿਆ ਸੀਗਾ ਕਿ 1 ਦਸੰਬਰ ਤੋਂ ਫਾਸਟੈਗ ਕੰਪਲਸਰੀ ਹੋ ਜਾਏਗਾ। ਅਤੇ ਫਾਸਟੈਗ ਲਗਾਉਣਾ ਜ਼ਰੂਰੀ ਹੈ ਕਾਰ 'ਚ। ਫਾਸਟੈਗ ਆਪਾਂ ਤਾਂ ਲਗਾ ਲਿਆ ਕਾਰ ਦੇ ਵਿੱਚ, ਬਟ ਜਿਹੜੇ ਟੋਲ ਪਲਾਜ਼ਾ ਨੇ ਉਹਨਾਂ ਨੇ ਫਾਸਟੈਗ ਸਕੈਨਰ ਲਗਾਏ ਨਹੀਂ ਹਜੇ ਤੱਕ। ਤਾਂ ਦੱਸੋ ਕੀ ਕੀਤਾ ਜਾਵੇ, ਟਾਈਮ ਉਨਾ ਹੀ ਵੇਸਟ ਹੋ ਰਿਹਾ ਯਾਰ। ਆਪਣੇ ਵੀਰੇ ਜਿਹੜੇ ਹੈਗੇ ਨੇ ਹਿਮਾਂਸ਼ੂ ਅਤੇ ਅਭਿਸ਼ੇਕ, ਉਹ ਦੋਨੇ ਤਾਂ ਵਿਚਾਰੇ ਵਿਆਹ ਦੇ ਕੰਮਾਂ 'ਚ ਲੱਗੇ ਪਏ ਨੇ। ਮੈਂ ਥੋੜ੍ਹੀ ਦੇਰ ਪਹਿਲਾਂ ਹੀ ਮਿਲਣ ਗਿਆ ਸੀਗਾ, ਦੋਨੇ ਜਾਣੇ ਲੱਗੇ ਹੋਏ ਸੀ ਕੁਰਸੀਆਂ ਲਵਾਉਣ ਵਾਸਤੇ, ਡੀਜੇ ਵਾਲੇ ਦੇ ਨਾਲ ਲੱਗੇ ਹੋਏ ਸੀ, ਸਪੀਕਰ ਉਤਰਵਾਉਣ 'ਤੇ, ਬਕਸੇ ਉਤਰਵਾਉਣ 'ਤੇ। ਦੋਨੇ ਬਹੁਤ ਜ਼ਿਆਦਾ ਓਕੂਪਾਈਡ ਨੇ ਵਿਚਾਰੇ, ਬਹੁਤ ਕੰਮ ਕਰ ਰਹੇ ਨੇ, ਕੁਰਸੀਆਂ ਲਾਉਣੀਆਂ ਨੇ, ਟੈਂਟ ਲਾਉਣਾ। ਅਤੇ ਫਿਰ ਹੁਣ ਦੇਖੋ, ਹੁਣ ਇਕੱਲਾ ਚੈਨਲ ਦੇ ਨਾਲ ਤਾਂ ਖਰਚਾ ਚੱਲਦਾ ਨਹੀਂ ਨਾ, ਤਾਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤਾਂ ਵਿਚਾਰੇ ਟੈਂਟ ਟੁੰਟ ਲਾ ਕੇ ਪੈਸੇ ਕਮਾ ਲੈਂਦੇ ਨੇ ਚਾਰ। ਤਾਂ ਬਾਕੀ ਤੁਹਾਨੂੰ ਰਿਸ਼ਵ ਦਾ ਬਿਜ਼ਨਸ ਤਾਂ ਪਤਾ ਹੀ ਆ, ਉਹਨੇ ਮੰਦਰ ਦੇ ਬਾਹਰ ਵੀ ਬਹਿਣਾ ਹੁੰਦਾ, ਉਹਨੇ ਫਿਰ ਪੈਸੇ ਚਾਰ ਇਕੱਠੇ ਕਰਨੇ ਹੁੰਦੇ ਨੇ। ਤਾਂ ਫਿਰ ਹੁਣ ਕੀ ਕਰੀਏ ਦੱਸੋ। ਤਾਂ ਐਂਡ ਦੇ ਵਿੱਚ ਮੈਂ ਹੀ ਰਹਿ ਗਿਆ ਸੀ ਇਕੱਲਾ, ਤਾਂ ਫਿਰ ਮੈਂ ਸੋਚਿਆ ਕਿ ਕਿਉਂ ਮੌਕਾ ਛੱਡਣਾ, ਹੈ ਨਾ, ਵੈਕੇਸ਼ਨ ਚੱਲ ਰਹੀਆਂ ਨੇ, ਤਾਂ ਕਿਉਂ ਨਾ ਆਪਾਂ ਇੰਜੋਏ ਕਰੀਏ, ਥੋੜ੍ਹਾ ਜਿਹਾ ਘੁੰਮ ਕੇ ਆਈਏ। A few moments later. ਧੱਕਾ ਹੋ ਗਿਆ ਬੇ ਬੇ ਬਾਈ, ਧੱਕਾ ਹੋ ਗਿਆ ਯਾਰ, ਗੂਗਲ ਮੈਪ ਨੇ ਧੋਖਾ ਦਿੱਤਾ। ਰਸਤਾ ਲੱਗਦਾ ਮੈਂ ਭਟਕ ਗਿਆ, ਥੋੜ੍ਹਾ ਜਿਹਾ ਗਲਤ ਰਸਤਾ ਆ ਗਿਆ ਬਾਈ। ਹਾਈਵੇ 'ਤੇ ਨਿਕਲੂਗਾ ਰਸਤਾ ਇਹ? ਰਸਤਾ ਹਾਈਵੇ 'ਤੇ ਨਿਕਲੇ ਚਾਹੇ ਨਾ ਨਿਕਲੇ, ਪਰ ਰੱਬ ਕਰਕੇ ਯਾਰ ਰਸਤਾ ਮੁੱਕ ਜੇ ਹੁਣ, ਨਹੀਂ ਤਾਂ ਮੈਂ ਰੋ ਪਊਂਗਾ। ਉਹ ਵੀਰੇ, ਸਾਰਿਆਂ ਤੋਂ ਮਾਫ਼ੀ ਮੰਗਣਾ ਚਾਹੂੰਗਾ, ਮੈਂ ਨਾ ਫਲੋ 'ਚ ਕਾਰ ਚਲਾਉਂਦਾ ਚਲਾਉਂਦਾ ਮੂਨ ਵੰਨੀ ਨੂੰ ਨਿਕਲਿਆ ਸੀਗਾ। ਫਿਰ ਚਲੋ ਕੋਈ ਨਹੀਂ, ਤੁਹਾਨੂੰ ਮੂਨ ਵੀ ਦਿਖਾਊਂਗਾ ਥੋੜ੍ਹਾ ਜਿਹਾ। ਬਟ ਹੈਰਾਨੀ ਦੀ ਗੱਲ ਇਹ ਹੈ ਵੀ ਮੂਨ 'ਤੇ ਵੀ ਠੇਕਾ ਖੁੱਲ੍ਹਿਆ ਹੋਇਆ ਯਾਰ, ਕਮਾਲ ਦੀ ਗੱਲ ਹੈ। ਇਹ ਮੂਨ ਵਾਲੀ ਗੱਲ ਮੈਂ ਤਾਂ ਕੀਤੀ ਹੈ, ਤੁਸੀਂ ਰੋਡ ਦੇ ਹਾਲਾਤ ਦੇਖੋ ਯਾਰ, ਸੜਕ ਦੇ ਹਾਲਾਤ। ਹੈਂਜੀ, ਆਹ ਆ ਗਿਆ ਆਪਣਾ ਮੂਨ ਵਾਲਾ ਠੇਕਾ, ਆਹ ਦੇਖੋ ਠੇਕਾ। ਸੋ ਗਾਇਸ, ਫਾਈਨਲੀ ਆਪਾਂ ਹਾਈਵੇ 'ਤੇ ਪਹੁੰਚ ਚੁੱਕੇ ਹਾਂ, ਬੜੀ ਮੁਸ਼ਕਿਲ ਨਾਲ ਹਾਈਵੇ 'ਤੇ ਪਹੁੰਚੇ ਹਾਂ ਯਾਰ। ਅਤੇ ਸੀਨ ਇੱਥੇ ਦਾ ਹੀ ਵਧੀਆ ਯਾਰ, ਘੈਂਟ ਲੱਗ ਰਿਹਾ ਨਹੀਂ? ਮੇਰਾ ਸ਼ੁਰੂ ਤੋਂ ਹੀ ਵਿੰਟਰਸ ਬੜਾ ਫੇਵਰੇਟ ਰਿਹਾ ਵੈਦਰ। ਹਾਂ, ਉਹ ਗੱਲ ਹੋਰ ਹੈ ਕਿ ਫਰੀਜ਼ ਹੋ ਜਾਂਦੇ ਆ, ਕਾਫੀ ਜ਼ਿਆਦਾ ਠੰਡ ਲੱਗਦੀ ਹੈ, ਆਲਮੋਸਟ ਜੰਮ, ਹੁਣ ਤਾਂ ਬਿਲਕੁਲ ਜੰਮਣ ਵਾਲੀ ਕੰਡੀਸ਼ਨ ਹੋਈ ਪਈ ਹੈ, ਕਿ ਐਂ ਲੱਗਦਾ ਕਿ ਬਰਫ਼ ਜੰਮੀ ਪਈ ਹੈ ਬਿਲਕੁਲ, ਇੰਨਾ ਜ਼ਿਆਦਾ। ਮਤਲਬ ਟੈਂਪਰੇਚਰ ਆਈ ਥਿੰਕ ਅਰਾਊਂਡ 2 ਡਿਗਰੀ ਜਾਂ 3 ਡਿਗਰੀ ਚੱਲ ਰਿਹਾ ਅੱਜ ਕੱਲ੍ਹ। ਅਤੇ ਹਿਮਾਚਲ 'ਚ ਜਾ ਰਹੇ ਯਾਰ, ਉੱਥੇ ਤਾਂ ਇੱਦੂ ਵੀ ਜ਼ਿਆਦਾ ਠੰਡ ਹੋਊਗੀ, ਪਤਾ ਨਹੀਂ ਕੀ ਬਣੂਗਾ, ਅਤੇ ਦੇਖਦੇ ਹਾਂ। ਆ ਜਾਓ ਵੀਰੇ, ਤੁਸੀਂ ਵੀ ਦੇਖ ਲਓ, ਤੁਸੀਂ ਆ ਜਾਓ ਵੀਰ ਜੀ, ਵੀਰੇ ਤੁਸੀਂ ਕਰ ਲਓ ਕੋਈ ਗੱਲ। ਦੇਖੋ ਮੈਂ ਤਾਂ ਬਹੁਤ ਓਪਨ ਇਨਵੀਟੇਸ਼ਨ ਦੇ ਰਿਹਾ, ਜੇ ਕਿਸੇ ਨੇ ਆ ਕੇ ਗੱਲ ਕਰਨੀ ਹੈ ਕਰ ਲਓ, ਕੋਈ ਦਿੱਕਤ ਨਹੀਂ। ਦਿਲਪ੍ਰੀਤ ਢਿੱਲੋਂ, ਦੀਪ ਚਾਂਡੂ, ਆ ਗਿਆ ਨਹੀਂ ਉਹੀ ਬਿੱਲੋ ਟੈਕ, ਅੱਜ ਪੂਰਾ ਫਰੇਮ ਯਾਰਾਂ 'ਤੇ ਆ,
ਅੱਜ ਕੋਈ ਨਹੀਂ ਹੈਗਾ ਫਰੇਮ 'ਚ ਡਿਸਟਰਬ ਕਰਨ ਵਾਸਤੇ। ਓ ਭਾਈ ਹੈਲੋ ਬਾਏ ਬਾਏ ਰੁਕ ਜਾ ਬੇਬੀ ਸਾਂਸ ਤੋਂ ਲੈ ਲੈ Tell us how an induction motor starts. ਦੇਖਿਆ ਪੁੱਠਾ ਦਿਖ ਰਿਹਾ ਹੋਣਾ ਹਵੇਲੀ ਜਲੰਧਰ ਵਾਲੀ। ਲੱਗੀ ਤਾਂ ਮੈਂ ਕੀ ਕਰਾਂ, ਤੈਨੂੰ ਮਿਰਚੀ ਲੱਗੀ ਤਾਂ ਮੈਂ ਕੀ ਕਰਾਂ। ਮਿਰਚ ਬੀਬੀ ਕਹਿੰਦੀ ਤਿੱਖੀਆਂ ਪਰ ਸਵਾਦ ਆ, ਬੇਬੇ ਦੀਆਂ ਝਿੜਕਾਂ ਤੇ ਅੰਬ ਦਾ ਅਚਾਰ ਦੋਵੇਂ ਬੰਬ, ਬਿਲਕੁਲ ਸਹੀ ਜਮਾਂ ਸਹੀ ਕਿਹਾ ਬਾਈ ਨੇ। ਆਹ ਦੇਖੋ ਲਾਈਫ ਦਾ ਸਭ ਤੋਂ ਵੱਡਾ ਲੈਸਨ, ਚਮਚੇ ਤੋਂ ਬਚ ਕੇ ਰਹੋ, ਚਮਚੇ ਜਿਹੜੇ ਹੁੰਦੇ ਨੇ ਨਾ ਬਹੁਤ ਕੰਮ ਖਰਾਬ ਕਰਦੇ ਨੇ। ਆਹੇ ਨਿੰਬੂ ਦਾ ਅਚਾਰ ਲਾਵੇ ਚੰਨ ਚਾਰ, ਆਪਾਂ ਵੀ ਖਾਂਦੇ ਹਾਂ ਫਿਰ ਨਿੰਬੂ ਦਾ ਅਚਾਰ, ਲਈਏ ਸਵਾਦ। ਲੰਚ ਬਹੁਤ ਅੱਛਾ ਸੀ, ਮਜ਼ਾ ਆ ਗਿਆ ਲੰਚ ਕਰਕੇ, ਅਤੇ ਵਿਊ ਬੜਾ ਅੱਛਾ ਯਾਰ, ਹਵੇਲੀ ਕਾਫੀ ਅੱਛੀ ਸਜਾ ਰੱਖੀ ਨਿਊ ਈਅਰ ਕਰਕੇ, ਅੱਛਾ ਲੱਗ ਰਿਹਾ ਸੀ। ਲਓ ਜੀ ਲੰਚ ਤਾਂ ਹੋ ਗਿਆ ਅਤੇ ਕਾਫੀ ਇੰਜੋਏ ਕੀਤਾ ਲੰਚ ਮੈਂ, ਅਤੇ ਕਾਫੀ ਟੇਸਟੀ ਲੰਚ ਸੀ, ਮਜ਼ਾ ਆ ਗਿਆ ਖਾਣਾ, ਬਹੁਤ ਜ਼ਿਆਦਾ ਭੁੱਖ ਲੱਗੀ ਵੀ ਸੀ ਯਾਰ। ਮਤਲਬ ਜੇ ਮੈਂ ਥੋੜ੍ਹੀ ਦੇਰ ਹੋਰ ਇੱਥੇ ਨਾ ਪਹੁੰਚਦਾ ਨਾ ਸ਼ਾਇਦ ਚੱਕਰ ਖਾ ਕੇ ਡਿੱਗ ਜਾਂਦਾ ਕਿਸੇ ਪਾਸੇ। ਅਤੇ ਸਪੈਸ਼ਲ ਥਾਲੀ ਤੁਸੀਂ ਦੇਖੀ ਸੀ ਜਿਹੜੀ ਮੈਂ ਇਸ ਤੋਂ ਥੋੜ੍ਹੀ ਦੇਰ ਪਹਿਲਾਂ ਦਿਖਾਈ ਵੀ ਹੈ ਤੁਹਾਨੂੰ, ਕਾਫੀ ਕੁਛ ਸੀ ਯਾਰ ਉਹਦੇ ਵਿੱਚ, ਮਿਕਸ ਵੈੱਜ ਅਤੇ ਬਾਕੀ ਇਹਦੇ ਨਾਲ ਇੱਕ ਆਪਣਾ ਇੱਕ ਹੋਰ ਪਲੇਸ ਹੈ ਹਵੇਲੀ ਦੇ ਨਾਲ ਹੀ, ਜਿਹੜੀ ਕਿ ਪੰਜਾਬੀ ਕਲਚਰ ਦੇ ਨਾਲ ਰਿਲੇਟਿਡ, ਪਹਿਲਾਂ ਲੋਕ ਕਿਸ ਤਰ੍ਹਾਂ ਰਹਿੰਦੇ ਸੀ ਪੰਜਾਬ ਦੇ ਵਿੱਚ, ਤਾਂ ਉਹ ਚੀਜ਼ ਇਹਦੇ ਨਾਲ ਹੀ ਹੈ ਹਵੇਲੀ ਦੇ। ਬਟ ਥੋੜ੍ਹਾ ਜਿਹਾ ਟਾਈਮ ਦੀ ਸ਼ੋਰਟੇਜ ਹੋਣ ਕਰਕੇ ਮੈਂ ਆਲਰੇਡੀ ਬੜਾ ਲੇਟ ਹੋ ਗਿਆ, ਅਰਾਊਂਡ ਆਈ ਥਿੰਕ 5 o'clock ਹੋ ਗਿਆ, ਅਤੇ ਮੈਂ ਪਹੁੰਚਣਾ ਵੀ ਹੈ, ਅਤੇ ਤੁਹਾਨੂੰ ਪਤਾ ਹੀ ਹੈ ਸਰਦੀਆਂ ਦਾ ਟਾਈਮ ਹੈ, ਧੁੰਦ ਬੜੀ ਜਲਦੀ ਪੈਂਦੀ ਹੈ, ਤਾਂ ਕਰਕੇ ਥੋੜ੍ਹਾ ਜਿਹਾ ਜਲਦੀ ਨਿਕਲਣਾ ਪਊਗਾ। ਬਹੁਤ ਜ਼ਿਆਦਾ ਠੰਡ ਹੈ, ਬਹੁਤ ਜ਼ਿਆਦਾ ਠੰਡ ਹੈ, ਨਹੀਂ ਬਚੇਗਾ ਫੋਨ, ਗੇਮ ਪੇ ਮਰ ਜਾਏਗਾ, ਇਤਨੀ ਆਸਾਨੀ ਸੇ ਨਹੀਂ ਮਰੇਗਾ। ਅਸ਼ਵਥਾਮਾ ਹੈ ਫੋਨ, ਬਹੁਤ ਸਾਰੇ ਵਲੌਗਸ ਬਣਾਏਗਾ, ਬਹੁਤ ਵਲੌਗਸ ਬਣਾਉਣੇ ਆ ਅਭੀ, ਬਹੁਤ ਕੰਟੈਂਟ ਦਿਖਾਉਣਾ ਹੈ, ਬਹੁਤ ਕੁਛ ਦਿਖਾਉਣਾ ਹੈ। भाइयों और बहनों, जिस मौके का हमें इंतज़ार था वो आ चुका है, फाइनली हम हिमाचल की गलियों में एंटर हो चुके हैं, लेकिन लगता है यहाँ की मार्केट ऑलरेडी बंद हो चुकी है, काफ़ी टाइम हो गया है, काफ़ी ठंड भी हो चुकी है, बाकी देखते हैं आगे की बंदा।